ਸਰ ਅੱਜ ਇੰਤਕਾਲ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਹਨਾਂ ਨੇ ਫੇਸਬੁੱਕ ਪੇਜ ਤੇ ਪੋਸਟ ਵੀ ਪਾ ਕੇ ਕਿਹਾ ਸੀ, ਤਾਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ? ਲੋਕਾਂ ਦਾ ਰਿਸਪੌਂਸ ਸਾਨੂੰ ਬਹੁਤ ਵਧੀਆ ਮਿਲ ਰਿਹਾ ਤੇ ਲੋਕ ਸਾਡੇ ਕੋਲ ਆ ਵੀ ਰਹੇ ਨੇ ਤੇ ਤੁਸੀਂ ਕੈਮਰੇ ਦਿਖਾ ਵੀ ਸਕਦੇ ਹੋ, ਪਬਲਿਕ ਆਈ ਹੋਈ ਹੈ ਆਪਣੇ ਕੰਮ ਕਰਾਉਣਾ। ਅਸੀਂ ਇਹਨਾਂ ਦੇ ਨਾਲ ਦੀ ਨਾਲ ਕੁਛ ਕਰਾ ਕੇ ਵੀ ਚਲੇ ਗਏ ਨੇ ਤੇ ਅਸੀਂ ਇਹਨਾਂ ਦੇ ਨਾਲ ਦੀ ਨਾਲ ਕੰਮ ਕਰਕੇ ਇਹਨਾਂ ਨੂੰ ਮਤਲਬ ਚਾਹ ਪਿਆ ਕੇ ਭੇਜ ਰਹੇ ਹਾਂ ਤੇ ਸਰਕਾਰ ਦਾ ਜਿਹੜਾ ਹੁਕਮ ਹੈ ਉਹ ਸਾਨੂੰ ਪਹਿਲਾਂ ਹੀ ਮਿਲ ਚੁੱਕਿਆ ਸੀਗਾ ਤੇ ਉਸ ਸੰਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਸੀ ਆਪਣੇ ਪਟਵਾਰੀ ਸਾਹਿਬਾਨ ਨੂੰ ਕਿ ਤੁਸੀਂ ਆਪਣੇ ਰਿਕਾਰਡ ਮੁਕੰਮਲ ਕਰਕੇ ਸਾਰੇ ਇੰਤਕਾਲ ਲੈ ਕੇ ਕੋਈ ਵੀ ਨਵਾਂ ਪੁਰਾਣਾ ਬਾਕੀ ਨਾ ਰਹੇ ਤੇ ਸਾਰੇ ਇੰਤਕਾਲ ਤੁਸੀਂ ਸਾਰੇ ਜੋ ਵੀ ਤੁਹਾਡੀ ਪੈਂਡੈਂਸੀ ਆ ਉਹ ਕਲੀਅਰ ਹੋਣੀ ਚਾਹੀਦੀ ਹੈ। ਕਿੰਨੇ ਕੁ ਇੰਤਕਾਲ ਅੱਜ ਜਿਹੜੇ ਨੇ ਅੱਜ ਦੇ ਡੇਟ ਦੇ ਵਿੱਚ ਸਰ ਕੀਤੇ ਜਾਣਗੇ ਜੇ ਆਈਡੀਆ ਲਗਾ ਕੇ ਚੱਲੀਏ? ਦੇਖੋ ਸਾਡਾ ਤਾਂ ਮਤਲਬ ਸੋਚ ਇਹ ਹੈ ਕਿ ਜਿੰਨੇ ਵੀ ਇੰਤਕਾਲ ਨੇ ਜਿੰਨੀ ਵੀ ਪਬਲਿਕ ਆਈ ਹੈ ਇਹ ਸਾਰਿਆਂ ਨੂੰ ਅਸੀਂ ਕਰਕੇ ਹੀ ਜਾਵਾਂਗੇ, ਉਸ ਤੋਂ ਬਿਨਾਂ ਅਸੀਂ ਘਰ ਨਹੀਂ ਜਾਂਦੇ। ਸਾਰੇ ਇੰਤਕਾਲ ਹੋਣਗੇ ਜਿੰਨੇ ਵੀ ਨੇ। ਕੋਈ ਪੁਰਾਣੇ ਕੇਸ ਹੈਗੇ ਨੇ, ਕੁਛ ਕੁਛ ਪਟਵਾਰੀਆਂ ਕੋਲ ਜ਼ਰੂਰ ਹੈਗੇ ਨੇ ਪੁਰਾਣੇ, ਲੇਕਿਨ ਅਸੀਂ ਉਹਨਾਂ ਨੂੰ ਇਸ ਦੀ ਤਾੜਨਾ ਕੀਤੀ ਹੈ ਕਿ ਅੱਗੇ ਤੋਂ ਤੁਸੀਂ ਆਪਣੇ ਪੁਰਾਣੇ ਕੇਸ ਤੁਸੀਂ ਆਪਣੇ ਕੋਲ ਨਹੀਂ ਰੱਖ ਸਕਦੇ। ਸਰਕਾਰ ਦੀਆਂ ਕਲੀਅਰ ਕੱਟ ਹਦਾਇਤਾਂ ਨੇ, ਅਸੀਂ ਕੋਈ ਵੀ ਇੰਤਕਾਲ 15 ਦਿਨ ਤੋਂ ਵੱਧ ਨਹੀਂ ਰੱਖ ਸਕਦੇ ਆਪਣੇ ਕੋਲ, ਤੇ ਉਹਨਾਂ ਨੂੰ ਕਿਹਾ ਗਿਆ ਕਿ 15 ਦਿਨ ਤੋਂ ਪੁਰਾਣਾ ਜਿੰਨਾ ਵੀ ਇੰਤਕਾਲ ਹੈ ਅੱਗੇ ਤੋਂ ਇਸ ਵਾਰ ਤੁਹਾਨੂੰ ਵਾਰਨਿੰਗ ਦੇ ਤੇ ਅੱਗੇ ਨੂੰ ਤੁਸੀਂ ਆਪਦੇ ਕੋਲ ਨਹੀਂ ਰੱਖਣਾ, ਸਾਡੇ ਪੇਸ਼ ਕਰੋ ਤਾਂ ਕਿ ਅਸੀਂ ਉਹਦਾ ਨਿਪਟਾਰਾ ਕਰ ਸਕੀਏ। ਪੈਂਡਿੰਗ ਦੇਖੋ ਮੇਰੀ ਹੁਣ ਨਵੀਂ ਪੋਸਟਿੰਗ ਹੋਈ ਹੈ, ਮੈਨੂੰ 20 ਦਿਨ ਹੀ ਹੋਏ ਆ ਇੱਥੇ, ਮਾਛੀਵਾੜਾ ਸਾਹਿਬ ਜੁਆਇਨ ਕੀਤੇ ਇਹਨੂੰ ਦਸੰਬਰ ਦੇ ਵਿੱਚ ਹੀ ਆਇਆ ਮੈਂ, ਤੇ ਮੈਂ ਆਉਂਦੇ ਹੀ ਜਿਹੜੀ ਉਹ ਸਰਕਾਰ ਦੀ ਹਦਾਇਤਾਂ ਵੀ ਆ ਗਈਆਂ, ਚਿੱਠੀ ਵੀ ਜਾਰੀ ਆ ਗਈ ਹੈ ਤੇ ਅਸੀਂ ਉਹ ਸਾਰੇ ਜਿੰਨੇ ਵੀ ਪੁਰਾਣੇ ਇੰਤਕਾਲ ਨੇ ਚਾਹੇ ਉਹ ਕਿਸੇ ਵੀ ਟਾਈਮ ਦੇ ਨੇ ਕਿਸੇ ਵੀ CRO ਦੇ ਜਾਂ ਇਹਨਾਂ ਕੋਲ ਪਏ ਨੇ ਉਹ ਸਾਰੇ ਹੀ ਕਢਵਾ ਰਹੇ ਹਾਂ। ਤੁਸੀਂ ਦੇਖੋ ਕੈਮਰੇ ਨਿਗਾਹ ਮਰਵਾਓ, ਦੇਖੋ ਰਜਿਸਟਰ ਸਾਰੇ ਮੰਗਵਾਏ ਆ, ਦੇਖੋ ਉੱਧਰ ਕਰਾਓ ਦਿਖਾ ਸਕਦੇ। ਰਜਿਸਟਰੀਆਂ ਵੀ ਹੁਣ ਲਗਾਤਾਰ ਹੋਇਆ ਕਰਨਗੀਆਂ? ਬਿਲਕੁਲ ਹੋ ਰਹੀਆਂ ਜੀ ਲਗਾਤਾਰ, ਰਜਿਸਟਰੀਆਂ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਜਿੱਦਾਂ ਕਿ ਹੁਣ ਥੋੜਾ ਜਿਹਾ 2 ਤਹਿਸੀਲਾਂ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਮੇਰੀ, ਓਮ ਕਲਾਂ ਦਾ ਚਾਰਜ ਮੇਰੇ ਕੋਲ ਹੈਗਾ ਤੇ ਅਸੀਂ ਦਿਨ ਵੰਡ ਲਏ ਹੈਗੇ ਨੇ, ਸੋਮਵਾਰ ਤੇ ਬੁੱਧਵਾਰ ਅਸੀਂ ਇੱਥੇ ਮਾਛੀਵਾੜਾ ਸਾਹਿਬ ਤੇ ਆਵਾਂਗੇ ਸਾਰੇ ਕੰਮ ਕਰਾਂਗੇ ਤੇ ਮੰਗਲ ਤੇ ਵੀਰ ਅਸੀਂ ਕੁੰਭ ਕਲਾ ਤਹਿਸੀਲ ਵਾਸਤੇ ਛੱਡ ਦਿੱਤਾ ਤੇ ਸ਼ੁੱਕਰਵਾਰ ਨੂੰ ਅਸੀਂ ਕੋਰਟ ਕੇਸ ਦਾ ਨਿਪਟਾਰਾ ਕਰਿਆ ਕਰਾਂਗੇ। ਅਸੀਂ ਸਾਰੇ ਦਿਨ ਵੰਡ ਲਏ ਨੇ ਤੇ ਅਸੀਂ ਬਾਹਰ ਇਹਨਾਂ ਨੂੰ ਕਹਿ ਦਿੱਤਾ ਕਿ ਲਿਖ ਕੇ ਲਾ ਦਿਓ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਤੇ ਜਿਹੜਾ ਵੀ ਆਵੇ ਤੇ ਉਹ ਡੇਟਾਂ ਦੇਖ ਲੇਗਾ ਤਾਂ ਉਸ ਮੁਤਾਬਕ ਹੀ ਲੋਕ ਪਬਲਿਕ ਵੀ ਆ ਜਾਏਗੀ ਤੇ ਉਹਨਾਂ ਦਾ ਕੰਮ ਸੁਖਾਲੇ ਤਰੀਕੇ ਨਾਲ ਉਸੇ ਦਿਨ ਹੋ ਕੇ ਨਿਬੜ। ਪਬਲਿਕ ਨੂੰ ਕੀ ਅਪੀਲ ਹੈ ਤੁਹਾਡੀ? ਪਬਲਿਕ ਨੂੰ ਕੋਈ, ਪਬਲਿਕ ਤਾਂ ਬਹੁਤ ਚੰਗੀ ਹੈ ਵਿਚਾਰੀ, ਇੱਥੇ ਦੇ ਲੋਕ ਬਹੁਤ ਵਧੀਆ ਨੇ, ਉੱਥੇ ਕੋਈ ਇੱਦਾਂ ਦੀ ਦਿੱਕਤ ਲੱਗਦੀ ਨਹੀਂ ਹੈਗੀ, ਇਹ ਕੰਮ ਕਰਾਉਣ ਆਉਂਦੇ ਨੇ ਤੇ ਆਪਣਾ ਰਿਸਪੈਕਟ ਦੇ ਕੇ ਜਾਂਦੇ ਨੇ ਤੇ ਕਰਾਉਂਦੇ ਨੇ, ਕੋਈ ਦਿੱਕਤ ਨਹੀਂ ਹੈ। ਅਜਮੇਰ ਸਿੰਘ ਜੀ ਕਿਹੜਾ ਪਿੰਡ ਹੈ ਜੀ? ਪਿੰਡ ਮੁਜ਼ੱਫਰਬਾਦ ਜੀ। ਸੀਲ ਦੇ ਵਿੱਚ ਆਏ ਤੁਸੀਂ ਇੰਤਕਾਲ, ਸਾਡੇ ਰਿਸ਼ਤੀਆਂ ਕਰਾਈਆਂ, ਇੰਤਕਾਲ ਪੁਰਾਣੇ ਪਏ ਆ ਜੀ, ਅਸੀਂ ਉਹਨਾਂ ਬਾਰੇ ਆਏ ਹਾਂ। ਕਿੰਨੇ ਕੁ ਸਮੇਂ ਤੋਂ ਪੈਂਡਿੰਗ ਪਏ ਸੀਗੇ? ਇਹਨਾਂ ਨੂੰ ਕੁਛ ਜੀ, ਕਿਸੇ ਨੂੰ ਮਹੀਨਾ ਹੋ ਗਿਆ, ਕਿਸੇ ਨੂੰ 3 ਮਹੀਨੇ ਹੋ ਗਏ ਜੀ, ਕਿਸੇ ਨੂੰ 4 ਹੋ ਗਏ ਜੀ, ਕਿਸੇ ਨੂੰ 6 ਵੀ ਹੋ ਗਏ ਜੀ। ਸਾਡੀ ਬੇਨਤੀ ਆ ਵੀ ਸਾਡੇ ਸਾਰੇ ਬੰਦਿਆਂ ਦੇ ਇੰਤਕਾਲ ਹੋਣੇ ਚਾਹੀਦੇ, ਜਿਹੜੀ ਰਿਸ਼ਤੀਆਂ ਉਹ ਵੀ ਹੋਣੀਆਂ ਚਾਹੀਦੀਆਂ। ਅੱਜ ਫਿਰ ਨਾਇਬ ਸਾਹਿਬ ਮਿਲੇ ਨੇ ਉਰੇ ਆਏ? ਅੱਜ ਨਾਇਬ ਸਾਹਿਬ ਅਸੀਂ ਅੰਦਰ ਪੈਂਡਿੰਗ ਆ, ਜਾਣੀ ਅੰਦਰ ਡਿਊਟੀ 'ਚ ਬੈਠੇ ਨੇ, ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਸਾਨੂੰ ਬੜੀ ਖੁਸ਼ੀ ਆ ਵੀ ਸਾਡੀ ਜਿਹੜੀ ਪਬਲਿਕ ਦੀ ਆ ਕੇ ਸੁਣਾਈ ਕੀਤੀ ਜੀ, ਇੱਦਾਂ ਹੀ ਕਰਦੇ ਰਹਿਣ, ਠੀਕ ਆ ਜੀ। ਹਾਂਜੀ, ਅਸੀਂ ਪਹਿਲਾਂ ਅਜਿਹੇ ਕੈਂਪ ਕਦੇ ਲੱਗੇ ਨੇ ਨਹੀਂ, ਕਦੇ ਕੰਮ ਨਹੀਂ ਲੱਗਿਆ। ਅਸੀਂ ਭਗਵੰਤ ਮਾਨ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ, ਨਾਇਬ ਤਹਿਸੀਲਦਾਰ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ। ਸਾਨੂੰ ਬੜੀ ਖੁਸ਼ੀ ਹੈ ਜੇ ਸਾਡੀ ਇਸੇ ਤਰੀਕੇ ਨਾਲ ਸੁਣਾਈ ਹੋਈ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੈਂ ਸਵਾਗਤ ਸਿੰਘ, ਰਿਟਾਇਰਡ ਪ੍ਰਿੰਸੀਪਲ ਆ, ਮੇਰਾ ਪਿੰਡ ਚੌੜੀਆਂ ਬੇਟ ਹੈ। ਸਾਡੇ ਕਾਫੀ ਮਤਲਬ ਲੰਮੇ ਸਮੇਂ ਤੋਂ ਮੇਰੇ ਬ੍ਰਦਰ ਦੀ ਕਾਨੂੰਨ ਗੋਤ ਸੀਗੇ, ਸਰਵਿਸ ਵਿੱਚ ਉਹਨਾਂ ਦੀ ਡੈਥ ਹੋਈ ਸੀ, ਉਹਨਾਂ ਦੇ ਇੰਤਕਾਲ ਕਾਫੀ ਸਮੇਂ ਤੋਂ ਪੈਂਡਿੰਗ, 2 ਸਾਲ ਹੋ ਗਿਆ ਉਹਨਾਂ ਨੂੰ ਮਰੇ ਨੇ।
ਤੇ ਉਹ ਮੈਂ ਸਾਰੇ ਦਰਦ ਕਰਵਾ ਕੇ, ਪਰ ਪੂਰੇ ਨਹੀਂ ਤੇ ਹੋ ਰਹੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ 26 ਪੋਸਟਾਂ ਨੇ ਜਿਹੜੀਆਂ ਸਿਰਫ 6 ਪੋਸਟਾਂ ਭਰੀਆਂ ਨੇ। ਪਹਿਲਾਂ 4 ਪਟਵਾਰੀ ਸੀਗੇ, ਇੱਥੇ 2 ਡੱਬੇ ਜਿਹੜੇ ਅਪੁਆਇੰਟੀ ਆਏ ਨਵੇਂ ਆਏ ਨੇ ਪਟਵਾਰੀ। ਕਾਨੂੰਗੋ ਸਾਹਿਬ ਇੱਥੇ 2 ਪੋਸਟਾਂ ਨੇ, ਇੱਕ ਭਰੀ ਹੋਈ ਆ, ਇੱਕ ਖਾਲੀ ਆ। ਨੈਬ ਤਹਿਸੀਲਦਾਰ ਸਾਹਿਬ ਵੀ ਕੁੰਭ ਵੀ ਜਾਂਦੇ ਨੇ, ਇੱਥੇ ਵੀ 2 ਦਿਨ ਆਉਂਦੇ ਆ। ਪਿੱਛੇ ਤਾਂ ਇੱਥੇ ਪੋਸਟ ਖਾਲੀ ਹੋ ਰਹੀ ਆ ਨੈਬ ਤਹਿਸੀਲ ਦੀ 2 ਮਹੀਨੇ, ਜਿਹਦੇ ਕਰਕੇ ਕੰਮ ਸਾਰੇ ਪੈਂਡਿੰਗ ਪਏ ਆ। ਪਿਛਲੇ ਕੰਮ ਆ ਜਿਹੜੇ ਪੈਂਡਿੰਗ ਹੋਣ ਕਰਕੇ ਇਹ ਇਕੱਠੇ ਹੋਈ ਗਏ, ਤੇ ਲੋਕ ਇਸ ਗੱਲ ਕਰਕੇ ਕਾਫੀ ਜ਼ਿਆਦਾ ਪਰੇਸ਼ਾਨ ਸੀਗੇ। ਪੰਜਾਬ ਸਰਕਾਰ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ, ਅਜਿਹੇ ਕੈਂਪ ਹਮੇਸ਼ਾ ਟਾਈਮ ਬੇ ਟਾਈਮ ਲੱਗਦੇ ਰਹਿਣੇ ਚਾਹੀਦੇ ਆ, ਤਾਂ ਕਿ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੀਆਂ ਰਹਿੰਦੀਆਂ ਨੇ ਉਹ ਪਈਆਂ ਗਾਹਾਂ ਲੰਬੇ ਸਮੇਂ ਤੱਕ ਪੈਂਡਿੰਗ ਪਏ ਜਾਂਦੇ ਨੇ। ਕੰਮ ਨਵੇਂ ਵੀ ਕੰਮ ਨਹੀਂ ਹੁੰਦੇ, ਪਿਛਲੇ ਦਾ ਭਲਾ ਕੀ ਹੋਣੇ ਸੀ। ਕਿਉਂਕਿ ਜਿਹੜੀ ਸਬ ਤਹਿਸੀਲਦਾਰ ਇਹ ਮਾਛੀਵਾੜਾ 1992 'ਚ ਬਣੀ ਸੀ, ਇੱਥੇ ਕਾਫੀ ਜ਼ਿਆਦਾ ਦਿੱਕਤ ਰਹੀ ਆ। ਅਸੀਂ ਮੀਡੀਆ ਰਾਹੀਂ, ਅਖਬਾਰਾਂ ਰਾਹੀਂ ਲੋਕਾਂ MLA ਸਾਹਿਬ ਨੂੰ ਕਿਹਾ ਵੀ ਇੱਥੇ ਪੱਕਾ ਨਾਇਬ ਤਹਿਸੀਲਦਾਰ ਸਾਹਿਬ ਲੱਗਣਾ ਚਾਹੀਦਾ, ਅਤੇ ਜਿਹੜੀਆਂ ਪਟਵਾਰੀ ਨੇ ਪੋਸਟਾਂ ਨੇ ਉਹ ਭਰੀਆਂ ਜਾਣੀਆਂ ਚਾਹੀਦੀਆਂ ਨੇ। ਇਹ ਡਿਵੈਲਪਡ ਏਰੀਆ ਹੈ, ਇੱਥੇ ਰੈਵਨਿਊ ਮੈਂ ਕਹਾਂ ਕਿ ਲੁਧਿਆਣਾ ਹੀ ਨਹੀਂ ਸਮ ਕੇ ਪੰਜਾਬ ਦੇ ਸਭ ਤਹਿਸੀਲਾਂ ਵਿੱਚੋਂ ਸਭ ਤੋਂ ਵੱਧ ਰੈਵਨਿਊ ਇੱਥੋਂ ਕਈ ਵਾਰ ਅਖਬਾਰਾਂ ਵਿੱਚ ਆ ਚੁੱਕਿਆ। ਸੋ ਪੰਜਾਬ ਸਰਕਾਰ ਦਾ ਜਿੱਥੇ ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ, ਉੱਥੇ ਇਹ ਵੀ ਮੰਗ ਕਰਦੇ ਹਾਂ ਕਿ ਇੱਥੇ ਜਿਹੜੀਆਂ 22-23 ਪੋਸਟਾਂ ਖਾਲੀ ਪਈਆਂ ਨੇ ਉਹ ਪਟਵਾਰੀਆਂ ਦੀਆਂ, ਕਾਨੂੰਗੋ ਸਾਹਿਬ ਦੀਆਂ ਅਤੇ ਨਾਇਬ ਤਹਿਸੀਲਦਾਰ ਨੂੰ ਪਰਮਾਨੈਂਟ ਇੱਥੇ ਲਾਉਣ ਦੀ ਕਿਰਪਾਲਤਾ ਕੀਤੀ ਜਾਵੇ, ਤਾਂ ਕਿ ਲੋਕਾਂ ਦੇ ਜਿਹੜੇ ਕੰਮ ਨੇ ਪੈਂਡਿੰਗ ਨੇ ਉਹ ਸਹੀ ਟਾਈਮ ਸਿਰ ਹੋ ਜਾਣ। ਫਿਰ ਮੈਂ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਨਵਾਂ ਟਾਈਪ ਦਾ ਕੀਤਾ ਗਿਆ, ਪਹਿਲਾਂ ਅਜਿਹੇ ਕਦੇ ਕੈਂਪ ਨਹੀਂ ਲੱਗੇ, ਅਜਿਹੇ ਕੈਂਪ ਲੱਗਦੇ ਰਹਿਣਗੇ ਤੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਰਹੇਗੀ। ਧੰਨਵਾਦ ਜੀ।